ਸਸਰੀਕਾਲ ਜੀ ਗਰਮੀ ਦੇ ਮੌਸਮ ਵਿੱਚ ਕਈ ਲੋਕ ਨਕਸੀਰ ਤੋਂ ਬੜੇ ਪਰੇਸ਼ਾਨ ਹੁੰਦੇ ਆ ਨਕਸੀਰ ਮਤਲਬ ਨੱਕ ਵਿੱਚੋਂ ਖੂਨ ਆਂਦਾ ਇਸ ਲਈ ਅੱਜ ਮੈਂ ਤੁਹਾਨੂੰ ਦੱਸਾਂਗੀ ਇਸ ਦੇ ਬਚਾ ਲਈ ਕੁਝ ਘਰੇਲੂ ਨੁਸਖੇ ਜੇਕਰ ਕਿਸੇ ਨੂੰ ਨਕਸੀਰ ਆ ਰਹੀ ਹੈ ਮਤਲਬ ਉਹਦੇ ਨੱਕ ਵਿੱਚੋਂ ਖੂਨ ਆ ਰਿਹਾ ਫਟਾਫਟ ਨਿੰਬੂ ਦੇ ਰਸ ਦੀਆਂ ਦੋ ਬੂੰਦਾਂ ਲੈ ਕੇ ਉਹਦੇ ਨੱਕ 'ਚ ਪਾ ਦਿਓ ਨਹੀਂ ਤੇ ਮਿੱਠੇ ਅੰਗੂਰ ਦੇ ਰਸ ਦੀਆਂ ਬੂੰਦਾਂ ਉਹਦੇ ਨੱਕ 'ਚ ਪਾ ਦਿਓ ਵੇਖਣਾ ਨਕਸੀਰ ਆਣੀ ਇੱਕਦਮ ਬੰਦ ਹੋ ਜਾਊ ਜੇਕਰ ਨਕਸੀਰ ਦੇ ਟਾਈਮ ਤੇ ਤੁਸੀਂ ਪਿਆਜ਼ ਤੇ ਤુલਸੀ ਦੇ ਰਸ ਦੀਆਂ ਕੁਝ ਬੂੰਦਾ ਨੱਕ 'ਚ ਪਾਓ ਨਹੀਂ ਤੇ ਅਨਾਰ ਦੇ ਰਸ ਦੀਆਂ ਕੁਝ ਬੂੰਦਾ ਨੱਕ 'ਚ ਪਾਓ ਤਦ ਵੀ ਨਕਸੀਰ ਆਣੀ ਬੰਦ ਹੋ ਜਾਓ ਨਕਸੀਰ ਦੇ ਰੋਗੀ ਲਈ ਆਮਲਾ ਬੜਾ ਫਾਇਦੇਮੰਦ ਹੈ ਉਹਨੂੰ ਚਾਹੀਦਾ ਹੈ ਆਮਲੇ ਦਾ ਮਰਬਾ ਖਾਵੇ ਆਮਲੇ ਨੂੰ ਰਾਤੀ ਪਾਣੀ 'ਚ ਪਿਓ ਕਿ ਉਸ ਦੇ ਪਾਣੀ ਨਾਲ ਆਪਣਾ ਸਿਰ ਧੋਵੇ ਹਰੇ ਆਮਲਿਆਂ ਦਾ ਰਸ ਕੱਢ ਕੇ ਆਪਣੇ ਨੱਕ 'ਚ ਪਾਏ ਤੇ ਉਹਨੂੰ ਨਕਸੀਰ ਤੋਂ ਬੜਾ ਛੁਟਕਾਰਾ ਮਿਲੇ ਜੇਕਰ ਤੁਸੀਂ ਦੋ ਕੇਲੇ ਖਾ ਕੇ ਉਤੋਂ ਦੁੱਧ ਪੀ ਲਓ ਸ਼ੱਕਰ ਪਾ ਕੇ ਤੇ ਤੁਹਾਡੀ ਨਕਸੀਰਾਨੀ ਬੰਦ ਹੋ ਜਾਊ ਜਾਂ ਫਿਰ 25 ਗ੍ਰਾਮ ਤਾਜ਼ਾ ਨਾਰੀਅਲ ਤੁਸੀਂ ਰੋਜ਼ ਸਵੇਰੇ 7 ਦਿਨ ਲਗਾਤਾਰ ਖਾਓ ਤਦ ਵੀ ਨਕਸੀਰ ਤੋਂ ਛੁਟਕਾਰਾ ਮਿਲ ਜਾ। ਪਤਾ ਹੈ ਸਭ ਤੋਂ ਆਸਾਨ ਤੇ ਸਵਾਦ ਤਰੀਕਾ ਕੀ ਹੈ ਨਕਸੀਰ ਤੋਂ ਛੁਟਕਾਰਾ ਪਾਣ ਲਈ ਰਾਤ ਨੂੰ ਇੱਕ ਗਲਾਸ ਪਾਣੀ 'ਚ ਦੋ ਟੁਕੜੇ ਪੇਠੇ ਦੀ ਮਿਠਾਈ ਦੇ ਪਾ ਦਿਓ। ਸਵੇਰੇ ਉੱਠ ਕੇ ਉਹ ਪੇਠਾ ਵੀ ਖਾ ਲਓ ਪਾਣੀ ਵੀ ਪੀ ਲਓ। ਕੁਝ ਦਿਨ ਲਗਾਤਾਰ ਇਸ ਨੁਸਖੇ ਤੇ ਅਮਲ ਕਰਨ ਨਾਲ ਤੁਹਾਡੀ ਨਕਸੀਰ ਆਣੀ ਛੁੱਟ ਜੂ ਜੇਕਰ ਕਿਸੇ ਦੀ ਨਕਸੀਰ ਫੁੱਟ ਗਈ ਹੈ ਤੇ ਫਟਾਫਟ ਉਹਨੂੰ ਮੰਜੀ ਤੇ ਲਟਾਓ ਉਹਦਾ ਸਿਰ ਲੈਵਲ ਜਿਹੜਾ ਹੈ ਉੱਥੇ ਨੀਚਾ ਆਉਣਾ ਚਾਹੀਦਾ ਹੈ ਉਹਦੇ ਵਿੱਚ ਪੰਜ-ਪੰਜ ਬੂੰਦਾ ਨੱਕ ਦੇ ਵਿੱਚ ਦੇਸੀ ਘਿਓ ਦੀਆਂ ਪਾ ਦਿਓ ਵੇਖਣਾ ਤਦ ਵੀ ਨਕਸੀਰ ਆਣੀ ਬੰਦ ਹੋ ਜੂ ਜੇਕਰ ਤੁਸੀਂ 10 ਕਿਸ਼ਮਿਸ਼ ਤੇ ਦਾਣੇ 2 ਚਮਚ ਸੁੱਕਾ ਧਨੀਆ ਤੇ 2 ਚਮਚ ਮਿਸ਼ਰੀ ਰਾਤੀ ਗਲਾਸ ਪਾਣੀ ਚ ਪੀਓ ਦਿਓ ਸਵੇਰੇ ਉਹਨੂੰ ਪੀਸ ਕੇ ਤੇ ਛਾਣ ਕੇ ਪੀ ਲਓ ਕੁਝ ਦਿਨ ਲਗਾਤਾਰ ਕਰਨ ਨਾਲ ਤੁਹਾਡੀ ਨਕਸੀਰ ਦੀ ਬਿਮਾਰੀ ਛੁੱਟ ਜੂ ਕਿਉਂ ਹੁਣ ਸਮਝ ਗਏ ਹੋ ਨਾ ਕਿ ਆਪਾਂ ਨਕਸੀਰ ਤੋਂ ਕਿਵੇਂ ਛੁਟਕਾਰਾ ਪਾ ਸਕਦੇ ਹਾਂ